ਕੋਮੀ ਲੋਕ ਅਦਾਲਤ ਤਹਿਤ ਫਰੀਦਕੋਟ ਵਿਖੇ ਜ਼ਿਲ੍ਹਾਸ ਤੇ ਸੈਸ਼ਨ ਜੱਜ ਨਵਜੋਤ ਕੋਰ ਦੀ ਅਗਵਾਈ ਹੇਠ ਲਗਾਈ ਗਈ ਵਿਸ਼ੇਸ਼ ਅਦਾਲਤ ਵਿੱਚ ਨੋ ਬੈਂਚ ਲਗਾਈ ਗਏ ਤੇ 3800 ਕੇਸ ਨਿਪਟਾਰੇ ਲਈ ਪੇਸ਼ ਕੀਤੇ ਗਏ। ਉਹਨਾਂ ਦੱਸਿਆ ਕਿ ਹਰ ਤੀਜੇ ਮਹੀਨੇ ਬਾਅਦ ਲੱਗਣ ਵਾਲੀ ਅਜੇ ਹੀ ਲੋਕ ਅਦਾਲਤ ਇਸ ਸਾਲ ਹੁਣ ਤੱਕ ਲਗਾਈਆਂ ਜਾ ਚੁੱਕੀਆਂ। ਤਿੰਨ ਅਦਾਲਤਾਂ ਦੌਰਾਨ ਤਕਰੀਬਨ 13000 ਕੇਸ ਪੇਸ਼ ਕੀਤੇ ਗਏ ਜਿਨ੍ਹਾਂ ਵਿੱਚੋਂ 6500 ਦੇ ਕਰੀਬ ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਉਹਨਾਂ ਦੱਸਿਆ ਕਿ ਲੋਕ ਅਦਾਲਤਾਂ ਵਿੱਚ ਹੋਣ ਵਾਲੇ ਫੈਸਲਿਆਂ ਨਾਲ ਸਮੇਂ ਤੇ ਪੈਸਾ ਤਾਂ ਬਚਦਾ ਹੀ ਹੈ ਸਗੋ ਸਮਾਜ ਵਿੱਚ ਆਪਸੀ ਸਾਂਝੀ ਮਜ਼ਬੂਤ ਹੁੰਦੀ ਹੈ ਅਜਿਹੀਆਂ ਅਦਾਲਤਾਂ ਵਿੱਚ ਮਾਮਲਿਆਂ ਦਾ ਹੱਲ ਆਪਸੀ ਸਹਿਮਤੀ ਨਾਲ ਹੁੰਦਾ ਹੈ ਜਿਸ ਨਾਲ ਖੱਜਲ ਖਵਾਰੀ ਤੋਂ ਬਚਾ ਹੁੰਦਾ ਹੈ ਲੋਕ ਅਦਾਲਤ ਵਿੱਚ ਫੈਮਲੀ ਕੋਰਟ ਵਿੱਚ ਜੱਜ ਤਰਸੀਮ ਸਿੰਘਲਾ ਦੀ ਰਹਿਨੁਮਾਈ ਵਿੱਚ ਇੱਕ ਅਜਿਹਾ ਕੇਸ ਵੀ ਨਿਪਟਾਇਆ ਗਿਆ ਜਿਸ ਵਿੱਚ ਮੀਆਂ ਬੀਬੀ ਨੇ ਆਪਸੀ ਸਹਿਮਤੀ ਨਾਲ ਆਪਣੇ ਗੁੱਸੇ ਗਿਲੇ ਦੂਰ ਕਰਕੇ ਆਪਣੀ ਕਬੀਲਦਾਰੀ ਨੂੰ ਦੁਬਾਰਾ ਨਵੇਂ ਸਿਰ ਤੋਂ ਵਸਾਉਣ ਦੀ ਸ਼ੁਰੂਆਤ ਕੀਤੀ